माई टीवी के सारे व्यूज़ में प्यार भरी सत श्री अकाल जी। मैं थोड़ा अपना आग्यापाल सिंह बाठ और मेरे नाल सदा हरजीत सिंह हुंदल, मेरे बड़े पुराने मित्र दोस्त भरा, बड़े अरसा का साडा आपस में सहचारा है। और अज उचे तौर पर तरीक 26 मई 2018 अपने स्टूडियो पहुँचे ने, बड़ा इतिहासिक दिन है। सब तो पहले आप जी हाँ कहना सरदार हरजीत सिंह हुंदल। सत श्री अकाल जी, नमस्कार वाह। और मैं माई टीवी, मेरा टीवी, मेरा रेडियो चलाउण वालियां नूं अज मुबारक दिंदा, गिल फैमिली नूं, पाल जी नूं, बाठ साहब बैठे ने, और इन्हां दी एक लगन जिहड़ी आ मैं इन्हां दी दाद दिंदा। जिस प्यार नाल, जिस लगन नाल, जिस जज्बे नाल इन्हां ने अज इत्थे शुरुआत कीती आ जां करनी आ, मैं उहदी मुबारकबाद वी पहलां दे दिंदा। और मैनूं बड़ी खुशी होई है जदों असीं कदे सोच रहे हुंदे हां कि साडा अपना मीडिया होणा चाहीदा, पंजाबी मीडिया होणा चाहीदा, और साडे दिल दी तमन्ना सीगा। ते बाठ साहिब, मैनूं इह दस्सो कि तुसीं साडी इह नब्ज पंजाबीआं दी नब्ज पछाण किदां लई? ਭਾਜੀ ਹੁੰਦਾ ਗੱਲ ਪਹਿਲਾਂ ਆਪਾਂ ਵਿਊਜ਼ ਨਾਲ ਕਰ ਲਈਏ ਕਿ ਅੱਜ ਆਪਾਂ ਸੋਫਟ ਓਪਨਿੰਗ ਕਰਨ ਜਾ ਰਹੇ, ਕਿਉਂਕਿ ਥਾਂ ਘੱਟ ਹੈ। ਜਿਹੜੀ ਮੈਗਾ ਓਪਨਿੰਗ ਆਪਾਂ ਕਰਨੀ ਹੈ ਸਾਲ ਤੋਂ ਬਾਅਦ, ਲੇਕਿਨ ਆਪਣੇ ਚੁੱਚੇ ਤੌਰ 'ਤੇ ਬੜੇ ਗੈਸਟ ਪਹੁੰਚ ਰਹੇ, ਅਤੇ ਤੁਸੀਂ ਤਾਂ ਹੋਸਟ ਹੋ, ਤੁਸੀਂ ਹੋਸਟ ਕਰਨਾ ਇੱਥੇ ਸ਼ੋਅ, ਤਾਂ ਹੀ ਤੁਹਾਨੂੰ ਮੈਂ ਸਭ ਤੋਂ ਪਹਿਲਾਂ ਇਹ ਮਾਣ ਬਖਸ਼ਿਆ। ਯੂ ਗੋਇੰ ਬੀ ਹੋਸਟਿੰਗ ਅ ਸ਼ੋਅ ਸਿਟਿੰਗ ਰਾਈਟ ਹੇਅਰ ਐਂਡ ਯੂ ਗੋਇੰ ਬੀ ਹੋਸਟਿੰਗ ਅ ਸ਼ੋਅ ਔਨ ਦ ਰੇਡੀਓ। ਮਿਹਰਬਾਨੀ, ਥੈਂਕ ਯੂ। ਔਰ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਿੰਦਾ ਕਿ ਜਿਹੜਾ ਮੈਂ ਸ਼ੋਅ ਲੈ ਕੇ ਆ ਰਿਹਾ ਇਸ ਟੀਵੀ ਚੈਨਲ ਰਾਹੀਂ, ਰੇਡੀਓ ਰਾਹੀਂ, ਉਹ ਸ਼ੋਅ ਦਾ ਨਾਂ ਹੈ ਇੱਕ ਖਾਸ ਮੁਲਾਕਾਤ। ਔਰ ਮੇਰੀ ਕੋਸ਼ਿਸ਼ ਹੋਏਗੀ ਕਿ ਹਰ ਵੀਕ ਇੱਕ ਨਵੀਂ ਪਰਸਨੈਲਿਟੀ, ਨਵੇਂ ਲੋਕਾਂ ਨੂੰ ਤੁਹਾਡੇ ਰੂਬਰੂ ਕਰਵਾਵਾਂ। ਉਹ ਡਾਕਟਰ ਹੋ ਸਕਦੇ ਨੇ, ਉਹ ਇੰਜੀਨੀਅਰ ਹੋ ਸਕਦੇ ਆ, ਜਾਂ ਕਿਸੇ ਕਿੱਤੇ 'ਚ ਵੀ ਉਹ ਗਾਂਹ ਵਧੂ ਨੇ, ਉਹਨਾਂ ਦੇ ਗਾਂਹ ਵਧੂ ਵਿਚਾਰ ਜਿਹੜੇ ਉਹ ਤੁਹਾਡੇ ਨਾਲ ਸਾਂਝੇ ਕਰਾਂਗੇ, ਤੁਹਾਡੀਆਂ ਰਾਏ ਵੀ ਲਵਾਂਗੇ, ਔਰ ਤੁਹਾਡਾ ਪਿਆਰ ਜਿਹੜਾ ਹੈ ਉਹ ਸਾਨੂੰ ਨਿਰੰਤਰ ਮਿਲਦਾ ਰਹੇਗਾ, ਅਤੇ ਅਸੀਂ ਨਵੇਂ ਨਵੇਂ ਚਿਹਰੇ ਤੁਹਾਡੇ ਨਾਲ ਉਹਨਾਂ ਦੀ ਮੁਲਾਕਾਤ ਟੀ ਵੀ ਰਾਹੀਂ ਕਰਵਾਉਂਦੇ ਰਹਾਂਗੇ। ਬਾਠ ਜੀ, ਤੁਸੀਂ ਮੈਨੂੰ ਇਹ ਦੱਸੋ ਕਿ ਇਹ ਤੁਹਾਡੇ ਦਿਲ 'ਚ ਕਿੱਦਾਂ ਫੁਰਨਾ ਫੁਰਿਆ ਕਿ ਅਸੀਂ ਪੰਜਾਬੀ ਮੀਡੀਆ ਜਿਹੜਾ ਇੱਥੇ ਬਣਾਈਏ, ਕਾਇਮ ਕਰੀਏ? ਔਰ ਮੈਨੂੰ ਪਤਾ ਕਿ ਤੁਸੀਂ ਬੜੇ ਚਿਰ ਦੇ ਇਸ ਪ੍ਰੋਗਰਾਮ ਰਾਹੀਂ, ਜਾਂ ਤੁਹਾਡਾ ਇਹ ਇੱਕ ਜਜ਼ਬਾ ਸੀਗਾ, ਤੁਸੀਂ ਇਹਦੇ ਨਾਲ ਜੁੜੇ ਹੋਏ ਹੋ, ਅਤੇ ਥੋੜ੍ਹਾ ਜਿਹਾ ਇਹ 'ਤੇ ਚਾਨਣਾ ਪਾਓ। ਭਾਜੀ ਹੁੰਦਲ, ਇੱਕ ਤਰ੍ਹਾਂ ਮੈਨੂੰ ਲਾਈਨਾਂ ਯਾਦ ਆ ਗਈਆਂ ਕਿ ਉੱਪਰੋਂ ਦੀ ਲੰਘ ਗਿਆ ਉਮਰਾਂ ਦਾ ਕਾਫਲਾ। ਕਿਆ ਬਾਤ! ਉੱਪਰੋਂ ਦੀ ਲੰਘ ਗਿਆ ਉਮਰਾਂ ਦਾ ਕਾਫਲਾ, ਥੱਲਿਓਂ ਦੀ ਲੰਘ ਗਿਆ ਨੀਰ, ਨਾ ਅਸੀਂ ਹਾਣੀਆਂ ਦੇ, ਨਾ ਅਸੀਂ ਪਾਣੀਆਂ ਦੇ, ਸਾਡੀ ਪੁਲਾਂ ਜਿਹੀ ਤਕਦੀਰ। ਵਾਹ ਵਾਹ ਵਾਹ, ਕਿਆ ਬਾਤ ਹੈ! ਕਿਤੇ ਜ਼ਿੰਦਗੀ 'ਚ ਦੋ ਤਿੰਨ ਚੀਜ਼ਾਂ ਹੁੰਦੀਆਂ ਜੀ। ਇੱਕ ਤਾਂ ਪੈਸ਼ਨ ਹੁੰਦਾ, ਹਾਂਜੀ ਹਾਂਜੀ, ਔਰ ਮੈਂ ਕਹਿੰਦਾ ਹਰ ਇਨਸਾਨ ਦਾ ਫਰਜ਼ ਅਤੇ ਹੱਕ ਹੈ ਕਿ ਉਹ ਆਪਣੇ ਪੈਸ਼ਨ ਨੂੰ ਪਰਸੂ ਕਰੇ। ਬਿਲਕੁਲ ਜੀ, ਬਿਲਕੁਲ। ਤੁਹਾਡਾ ਵੀ ਪੈਸ਼ਨ ਹੈ ਜਿਹਨੂੰ ਤੁਸੀਂ ਪਰਸੂ ਕਰਨ ਜਾ ਰਹੇ ਹੋ ਆਪਣੇ ਟੀਵੀ ਰਾਹੀਂ। ਮੇਰਾ ਪੈਸ਼ਨ ਹੈ, ਇੱਕ ਤਾਂ ਪੈਸ਼ਨ ਪਰਸੂ ਹੋ ਰਿਹਾ, ਦੂਸਰਾ ਆਪਣੇ ਵਾਸ਼ਿੰਗਟਨ DC ਦੇ ਵਿੱਚ ਰਾਜਧਾਨੀ, ਜਿਹਨੂੰ ਮੈਂ ਕਹਿੰਦਾ ਉਹਨਾਂ ਦੁਨੀਆ ਦੀ ਰਾਜਧਾਨੀ ਹੈ, ਅਮਰੀਕਾ ਦੀ ਰਾਜਧਾਨੀ ਦੇ ਨਾਲ ਨਾਲ, ਹਾਂਜੀ, ਇੱਥੇ ਇੱਕ ਵੈਕਿਊਮ ਸੀਗਾ, ਇੱਕ ਖਾਲੀਪਨ ਸੀਗਾ, ਕਿ ਜਿੱਥੇ ਸਾਡੀ ਕੋਈ ਐਸਾ ਇੰਡੀਪੈਂਡੈਂਟ ਆਜ਼ਾਦਿਆਨਾ ਮੀਡੀਆ ਨਹੀਂ ਸੀ ਜਿਹਦੇ ਰਾਹੀਂ ਹਰ ਇੱਕ ਭੈਣ ਭਰਾ ਕੇ ਆਪਣੇ ਵਿਚਾਰ ਸੰਗਤ ਸਾਹਮਣੇ, ਲੋਕਾਂ ਸਾਹਮਣੇ, ਵਿਊ ਸਾਹਮਣੇ ਰੱਖ ਸਕੇ। ਬਿਲਕੁਲ ਬਿਲਕੁਲ। ਸੋ ਉਸ ਵੈਕਿਊਮ ਨੂੰ ਪੂਰਾ ਕਰਨ ਦੇ ਲਈ ਇਹ ਜਿਹੜਾ ਮੈਂ ਕਹਿੰਦਾ ਉਪਰਾਲਾ ਕੀਤਾ ਗਿਆ। ਸੇਧ ਅਤੇ ਬਖਸ਼ਿਸ਼ ਪਰਮਾਤਮਾ ਦੀ ਹੁੰਦੀ ਹੈ, ਇਨਸਾਨ ਤਾਂ ਵਰਤੇ ਜਾਂਦੇ ਨੇ। ਸੋ ਮੈਂ ਸਮਝਦਾ ਕਿ ਅਸੀਂ, ਮੈਂ ਅਤੇ ਗਿੱਲ ਸਾਹਿਬ ਅਤੇ ਮੋਨੀ, ਅਸੀਂ ਇਸ ਚੀਜ਼ ਪਰਮਾਤਮਾ ਵੱਲੋਂ ਹੁਕਮ ਦੇ ਅਧੀਨ ਹੋ ਕੇ ਕੰਮ ਕੀਤਾ। ਦੇਖੋ ਜੀ, ਮੈਂ ਇੱਥੇ ਪਹਿਲਾਂ ਵੀ ਕਈ ਲੋਕ ਜਿਹੜੇ ਇਸ ਬਾਰੇ ਸੋਚਦੇ ਰਹੇ, ਪਰ ਉਹ ਸਿਰਫ ਸੋਚ ਉਹਨਾਂ ਦੀ ਰਹੀ ਆ, ਉਹਨਾਂ 'ਚ ਜਜ਼ਬਾ ਨਹੀਂ। ਜੇ ਜਜ਼ਬਾ ਹੁੰਦਾ ਤਾਂ ਸ਼ਾਇਦ ਉਹ ਵੀ ਕਾਮਯਾਬ ਹੋ ਜਾਂਦੇ। ਪਰ ਮੈਂ ਮੋਨੀ ਗਿੱਲ ਜੀ ਨੂੰ, ਕੁਲਦੀਪ ਗਿੱਲ ਜੀ ਨੂੰ, ਔਰ ਸਪੈਸ਼ਲ ਤੁਹਾਨੂੰ ਇਸ ਗੱਲ ਦੀ ਦਾਦ ਦਿੰਦਾ ਕਿ ਤੁਹਾਡੇ 'ਚ ਜਜ਼ਬਾ ਹੈ, ਕਿਉਂਕਿ ਜੇ ਜਜ਼ਬਾ ਆ ਤਾਂ ਜਿੱਤ ਜਜ਼ਬੇ ਦੀ ਹੁੰਦੀ ਆ, ਜਿੱਤ ਵਿਚਾਰਾਂ ਦੀ ਹੁੰਦੀ ਆ। ਜੇ ਗੱਲਾਂ ਨਾਲ ਆਪਾਂ ਜਿੱਤ ਹਾਸਲ ਕਰ ਲਈਏ ਤਾਂ ਅਸੀਂ ਅੱਜ ਉੱਥੇ ਨਾ ਹੁੰਦੇ ਜਿੱਥੇ ਅੱਜ ਅਸੀਂ ਖੜ੍ਹੇ ਹਾਂ। ਇਹਦੇ ਨਾਲ ਮੈਂ ਤੁਹਾਡੀ ਗੱਲ ਨੂੰ ਵੱਡਾ ਕਰਦਾ ਕਿ ਜਿਹੜਾ ਜ਼ੀਬਰਾ ਨਾ ਜੀ, ਹਾਂਜੀ ਹਾਂਜੀ, ਜ਼ੀਬਰੇ ਦੀ ਪਹਿਚਾਣ ਉਹਦੀਆਂ ਜਿਹੜੀਆਂ ਸਟ੍ਰਾਈਪਸ ਹੈ ਸਰੀਰ ਦੇ ਉੱਤੇ, ਹਾਂਜੀ, ਲਾਈਨਾਂ, ਉਹਦੇ ਕਰਕੇ ਹੁੰਦੀ ਹੈ। ਬਿਲਕੁਲ। ਉਹ ਕਿਸੇ ਸਿਆਣੇ ਨੇ ਆਖਿਆ ਜੇ ਉਹਦੀਆਂ ਲਾਈਨਾਂ ਨਾ ਹੋਣ ਨਾ ਤਾਂ ਉਹ ਫਿਰ ਖੱਚਰ ਅਤੇ ਜੀਬਰੇ 'ਚ ਕੋਈ ਫਰਕ ਨਹੀਂ, ਜੀਬਰੇ 'ਚ ਫਰਕ ਨਹੀਂ ਹੁੰਦਾ। ਕਿਆ ਬਾਤ ਹੈ! ਸੋ ਮੈਂ ਜ਼ਿੰਦਗੀ ਸੋਚਿਆ ਕਿ ਜਿਹੜੀ ਉਮਰ ਹੈ ਹੁਣ, ਆਮ ਗੋਇੰ ਬੀ 57 ਈਅਰਸ ਇਨ ਕਪਲ ਆਫ ਮੰਥਸ, ਕਿ ਇੱਕ ਲੈਗਸੀ ਜ਼ਰੂਰ ਛੱਡੀ ਜਾਵੇ, ਹਾਂਜੀ, ਆਪਣੀ ਕੌਮ ਦੇ ਲਈ, ਆਪਣੇ ਆਪਣੇ ਕਮਿਊਨਿਟੀ ਦੇ ਲਈ ਆਪਣੀ ਇੱਕ ਲੈਗਸੀ, ਇੱਕ ਰਾਹ, ਇੱਕ ਪਾਥ ਛੱਡ ਜਾਵੇ ਜਿਹਦੇ ਉੱਤੇ ਸਾਡੇ ਆਉਣ ਵਾਲੀ ਜਨਰੇਸ਼ਨ ਹੈ ਉਹਨੂੰ ਹੋਰ ਅੱਗੇ ਲਿਜਾ ਸਕੇ। ਜਿਵੇਂ ਮੇਰਾ ਇੱਕ ਉਪਰਾਲਾ ਸੋਚ ਸੀ ਕਿ ਅਸੀਂ ਅੱਜ ਆਈਡੈਂਟੀ 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 ਦੀ ਗੱਲ ਕਰਦੇ ਅਮਰੀਕਾ ਦੇ ਵਿੱਚ। ਬਿਲਕੁਲ ਬਿਲਕੁਲ ਬਿਲਕੁਲ। ਔਰ ਅਸੀਂ ਚੰਦ ਮੀਲ
ਕੈਪੀਟਲ ਤੋਂ ਬੈਠੇ ਜਿੱਥੇ ਸਾਡੇ ਹਾਊਸ ਆਫ ਰੈਪਰਜ਼ੈਂਟੇਟਿਵਸ ਅਤੇ ਸਾਡੇ ਆਪਣਾ ਸੈਨੇਟਰਸ ਮਿਲਦੇ ਨੇ। ਹਾਂਜੀ ਹਾਂਜੀ ਹਾਂਜੀ। ਸੋ ਕਿਉਂ ਨਾ ਇੱਕ ਐਸਾ ਬੱਚਾ ਐਸਾ ਰਿਪੋਰਟਰ ਉੱਥੇ ਆਪਾਂ ਦੇਈਏ ਆਪਣੇ ਟੀ ਵੀ ਵੱਲੋਂ, ਬਿਲਕੁਲ ਤਾਂ ਜੋ ਆਪਣੇ ਆਪ 'ਚ ਇੱਕ ਪਹਿਚਾਣ ਬਣੇ ਔਰ ਉਹਨਾਂ ਨੂੰ ਵੀ ਪਤਾ ਲੱਗੇ ਕਿ ਸਾਡੀ ਸਟਰੈਂਥ ਇੱਥੇ ਕਿੰਨੀ ਹੈ, ਅਸੀਂ ਵੀ ਆਰ ਸੋ ਮੱਚ ਪਾਰਟ ਆਫ ਦ ਅਮੈਰੀਕਨ ਕਲਚਰ। ਬਿਲਕੁਲ ਜੀ, ਜੇ ਆਪਾਂ ਮੈਟਰੋਪੋਲੀਟਨ ਏਰੀਆ ਦੇ ਵਿੱਚ ਦੇਖੀਏ ਤਾਂ ਇੰਡੀਅਨ ਕਮਿਊਨਿਟੀ ਜਿਹੜੀ ਆ ਉਹ 29,000 ਦੇ ਏਰਗੇਟ 'ਚ ਆ, ਔਰ ਸਾਡੇ ਪਾਕਿਸਤਾਨੀ ਵੀ ਭਰਾ ਜਿਹੜੇ ਨੇ ਉਹ ਵੀ ਮੇਰਾ ਖਿਆਲ ਇਹਦੇ ਨੇੜੇ ਤੇੜੇ ਨੇ। ਅਤੇ ਆਪਾਂ ਇਹ ਕੋਸ਼ਿਸ਼ ਕਰਨੀ ਆ ਸਾਡਾ ਸੱਭਿਆਚਾਰ ਜੀ, ਸਾਡਾ ਪਹਿਰਾਵਾ, ਸਾਡੇ ਦਿਲਾਂ ਦੀ ਸਾਂਝ, ਅਸੀਂ ਉਹਨੂੰ ਵੀ ਵਧਾਉਣ ਦੀ ਕੋਸ਼ਿਸ਼ ਕਰਾਂਗੇ। ਤੁਹਾਡੀ ਲਾਈਨਾਂ ਮੈਂ ਫਿਰ ਦੋ ਸਾਂਝੀਆਂ ਕਰ ਲੈਂਦਾ, ਕਹਿੰਦਾ ਸਾਡੇ ਪੀਰ ਵੀ ਸਾਂਝੇ ਨੇ ਮਿਰਜੇ ਹੀਰ ਵੀ ਸਾਂਝੇ ਨੇ। ਕਿਆ ਬਾਤ ਹੈ, ਸਾਡੇ ਪੀਰ ਵੀ ਸਾਂਝੇ ਨੇ ਮਿਰਜੇ ਹੀਰ ਵੀ ਸਾਂਝੇ ਨੇ, ਬਾਬਾ ਨਾਨਕ ਵੀ ਸਾਂਝਾ ਅਤੇ ਬਹੂ ਸੁਲਤਾਨ ਵੀ ਸਾਂਝਾ, ਸਾਡਾ ਦੀਨ ਵੀ ਸਾਂਝਾ, ਸਾਡਾ ਇਮਾਨ ਵੀ ਸਾਂਝਾ। ਕਿਆ ਬਾਤ ਆ ਜੀ, ਕਿਆ ਬਾਤ ਆ, ਇਸੇ ਕਰਕੇ ਹੀ ਤਾਂ ਇਹੋ ਜਜ਼ਬਾ ਜਿਹੜਾ ਕਾਇਮ ਆ। ਤੁਹਾਨੂੰ ਆਮ ਅਸੀਂ ਸਟੇਜਾਂ 'ਤੇ ਜਦੋਂ ਸਾਡੀ ਕਮੇਟੀ ਦੇ ਮੇਲੇ ਹੁੰਦੇ ਨੇ ਬੜੀ ਚੜ੍ਹਦੀ ਕਲਾ ਨਾਲ ਹੀ ਤੁਹਾਨੂੰ ਵੇਖਦੇ ਹਾਂ, ਕਿਆ ਬਾਤ, ਔਰ ਅਸੀਂ ਪਰਮਾਤਮਾ ਅੱਗੇ ਅਰਦਾਸ ਵੀ ਕਰਦੇ ਹਾਂ ਔਰ ਬੇਨਤੀ ਵੀ ਕਰਦੇ ਹਾਂ ਕਿ ਤੁਹਾਨੂੰ ਸਤਿਗੁਰੂ ਮੇਰਾ ਪਰਮਾਤਮਾ ਹੋਰ ਬਲ ਬਖਸ਼ੇ ਅਤੇ ਤੁਸੀਂ ਕਮਿਊਨਿਟੀ ਦੀ ਸੇਵਾ ਕਰਦੇ ਰਹੋ, ਔਰ ਫਿਰ ਮੈਂ ਤੁਹਾਨੂੰ ਮੁਬਾਰਕਬਾਦ ਦਿੰਦਾ ਜੀ। ਥੈਂਕ ਯੂ ਵੈਰੀ ਮੱਚ ਭਾਅ ਜੀ ਹੁੰਦਲ, ਯੂ ਆਰ ਪਾਰਟ ਆਫ ਦ ਟੀਮ, ਯੂ ਆਰ ਦ ਟੀਮ, ਕਿਉਂਕਿ ਮੈਂ ਤਾਂ ਇਵੈਂਚੁਅਲੀ ਜਿਹੜਾ ਬੈਕ ਸੀਟ ਲੈ ਕੇ ਹੋਰ ਬੜੇ ਮੇਰੇ ਜ਼ਿੰਮੇਵਾਰੀਆਂ ਬਹੁਤ ਵੱਧ ਜਾਣੀਆਂ ਨੇ, ਸੋ ਆਲ ਬੀ ਡੂਇੰਗ ਦੈਟ, ਆਈ ਵਾਂਟ ਯੂ ਐਂਡ ਦੀ ਅਦਰ ਟੀਮ ਮੈਂਬਰਸ ਟੂ ਕੈਰੀ ਔਨ ਦਿਸ ਲੈਗਸੀ ਐਂਡ ਗਿਵ ਯੂ ਬੈਸਟ। ਤੁਹਾਡੇ ਕੋਲ ਤਾਂ ਮੈਂ ਕਹਿੰਦਾ ਸੱਭਿਆਚਾਰਕ ਦਾ ਇੱਕ ਭੰਡਾਰ ਹੈ, ਉਹ ਤੁਸੀਂ ਆਪਣੇ ਵਿਊਜ਼ ਦੇ ਨਾਲ ਸਾਂਝਾ ਕਰਦੇ ਰਹੋਗੇ। ਸੋ ਵੰਸ ਅਗੇਨ ਮੇਰੇ ਦਿਲ ਤੋਂ, ਦਿਲ ਦੀਆਂ ਡੰਗਾਈਆਂ ਤੋਂ ਥੈਂਕ ਯੂ ਵੈਰੀ ਮੱਚ, ਮਿਹਰਬਾਨੀ, ਸ਼ੁਕਰੀਆ ਸਾਡੇ ਦੋਨਾਂ ਵੀਰਾਂ ਵੱਲੋਂ, ਪਿਆਰ ਭਰੀ ਸਤਿ ਸ਼੍ਰੀ ਅਕਾਲ।